ਵੀ ਬੜਾ ਉਤਸ਼ਾਹ ਪਿੰਡ ਵਾਲਿਆਂ 'ਚ ਵੀ। ਹੋਰ ਹਲਕਿਆਂ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਰੁਝਾਨ ਜਾਂ ਫਿਰ ਉੱਥੇ ਹੁਣ ਬਾਕੀ ਪਤਾ ਲਈ ਨਹੀਂ, ਬਾਕੀ ਸਾਰੀ ਜਗ੍ਹਾ ਤੇ ਬੜਾ ਉਤਸ਼ਾਹ ਸੀ ਪਹਿਲਾਂ 'ਚ ਫੋਨ ਕੀਤਾ ਸੀ। ਜਾਓਗੇ ਪੁਲਿਸ ਸਟੇਸ਼ਨਾਂ ਤੇ ਬਾਕੀ? ਹਾਂ ਜਾਵਾਂਗੇ, ਜਾਵਾਂਗੇ, ਸਾਰੇ ਮਾਰਾਂਗੇ ਚੱਕਰ। ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਤੁਹਾਡੇ ਤੇ? ਨਹੀਂ ਖੁਸ਼ੀ ਜੀ, ਸੰਗਤਾਂ ਦਾ ਜਿੰਨਾ ਪਿਆਰ ਉਤਸ਼ਾਹ ਵਾ, ਦੇਖੋ ਸਵੇਰੇ ਸਵੇਰੇ ਜੇ ਕਿੰਨੇ ਕਿੰਨੇ ਸਾਰੇ ਲੋਕ ਕਿੰਨਾ ਉਹਨਾਂ ਨੂੰ ਚਾਹ ਵਾ ਵੋਟ ਪਾਉਣ ਵਾਸਤੇ, ਤੇ ਮੇਰਾ ਖਿਆਲ ਹੈ ਕਿ ਬਹੁਤ ਸਾਡੇ ਵਾਸਤੇ ਵੀ ਖੁਸ਼ੀ ਦੀ ਗੱਲ ਹੈ। ਤੇ ਇਹ ਜਿਹੜਾ ਸਮਾਂ ਅਸੀਂ ਕਾਫੀ 30 ਦਿਨ ਤੋਂ ਡਿੱਗ ਰਹੇ ਸੀ, ਉਹ ਅੱਜ ਆਇਆ ਫੈਸਲੇ ਦੀ ਘੜੀ, ਇਸ ਕਰਕੇ ਅਸੀਂ ਬਹੁਤ ਅੱਛਾ। ਤਾਂ ਜੇਕਰ ਗੱਲ ਕੀਤੀ ਜਾਵੇ ਲੀਗਲੀ ਤੌਰ ਤੇ ਵੀ ਤੁਹਾਡੀ ਕਿਸੇ ਵਕੀਲ ਨਾਲ ਗੱਲ ਹੋਈ ਆ ਉਹਨਾਂ ਦੇ ਪੈਨਲ ਦੇ ਨਾਲ ਕਿ ਜਦੋਂ ਜੇਕਰ ਜਿੱਤ ਜਾਂਦੇ ਜੇ ਲੋਕ ਫਤਵਾ ਦੇ ਦਿੰਦੇ ਨੇ ਅੰਮ੍ਰਿਤਪਾਲ ਸਿੰਘ ਹੋਣਾ ਤਾਂ ਕਦੋਂ ਤੱਕ ਬਾਹਰ ਆ ਸਕਦੇ ਨੇ? ਨਹੀਂ ਇਹ ਚੀਜ਼ ਹੈ ਕਿ ਲੋਕ ਫਤਵਾ ਆ ਜਾਊਗਾ ਪਰਸੋਂ, 4 ਤਰੀਕ ਨੂੰ ਰਿਜ਼ਲਟ ਆ ਜਾਊਗਾ, ਉਹ ਬਾਅਦ 'ਚ ਜੋ ਲੀਗਲ ਪ੍ਰੋਸੈਸ ਉਹ ਲੀਗਲ ਟੀਮ ਦੇਖੂਗੀ। ਇਸ ਕਰਕੇ ਕੋਈ ਅਜੇ ਪਹਿਲਾਂ ਅੱਜ ਵੋਟਿੰਗ ਦਾ ਦਿਨ ਤੇ ਆ ਗਿਆ ਬਿਲਕੁਲ, ਵੋਟ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਉਤਸ਼ਾਹ ਜਿਹੜਾ ਹੈਗਾ ਉਹ ਤਾਂ ਦੇਖਣ ਨੂੰ ਮਿਲ ਹੀ ਰਿਹਾ, ਲੇਕਿਨ ਇਸ ਦੇ ਨਾਲ ਹੀ ਇਸ ਦਿਨ ਦੀ ਜੇਕਰ ਗੱਲ ਕਰੀਏ ਤਾਂ ਇਸ ਦਿਨ ਦੇ ਵਿੱਚ ਉਡੀਕ ਸੀਗੀ ਲੰਬੇ ਸਮੇਂ ਦੇ ਉੱਤੋਂ, 30 ਦਿਨਾਂ ਦੇ ਉੱਤੋਂ ਲਗਾਤਾਰ ਜਿਹੜਾ ਹੈਗਾ ਚੋਣ ਪ੍ਰਚਾਰ ਚੱਲ ਰਿਹਾ ਹੈਗਾ। ਕਿਤੇ ਨਾ ਕਿਤੇ ਦੇਖੀਦਾ ਰੋਜ਼ਾਨਾ 6 ਵਜੇ ਟਾਈਮ ਸ਼ੁਰੂ ਹੋ ਜਾਂਦਾ ਸੀਗਾ ਔਰ ਉਸ ਤੋਂ ਬਾਅਦ 'ਚ ਰਾਤ ਦੇ 10-11 ਵਜੇ ਤੱਕ, ਤਾਂ ਹੁਣ ਪ੍ਰਚਾਰ ਥੰਮਣ ਤੋਂ ਬਾਅਦ ਅੱਜ ਵੋਟਿੰਗ ਨੂੰ ਲੈ ਕੇ ਕੋਈ ਜਿਹੜਾ ਹੈਗਾ ਤੁਸੀਂ ਕੁਛ ਖਾਸ ਕਹਿਣਾ ਚਾਹੁੰਦੇ? ਇਹ ਵੋਟਿੰਗ ਨੂੰ ਇਹੀ ਇੱਕ ਵੋਟਰਾਂ ਨੂੰ ਇਹੀ ਅਪੀਲ ਹੈ ਕਿ ਆਪਣੇ ਵੱਧ ਤੋਂ ਵੱਧ ਗਰਮੀ ਵੀ ਆ ਲੇਕਿਨ ਫਿਰ ਵੀ ਤੁਸੀਂ ਦਿਖਾਓ, ਵੋਟ ਪਾਓ ਤਗੜੇ ਹੋ ਕੇ। ਹੁਣ ਜਾ ਰਹੇ ਹੋ ਫਿਰ ਫੀਲਡ 'ਚ? ਹਾਂਜੀ ਹੁਣ ਜਾਂਦੇ ਹਾਂ। ਕਹਿ ਸਕਦੇ ਕਿ ਮਾਤਾ ਜੀ ਬਲਵਿੰਦਰ ਕੌਰ ਵੀ ਜਿਹੜਾ ਵੋਟ ਪਾ ਗਿਆ? ਬੜੀ ਕਿਰਪਾ, ਬਹੁਤ ਬਖਸ਼ਿਸ਼ ਆ, ਖੁਸ਼ੀ ਦਾ ਦੇਣੀ ਆ, ਮਹਾਰਾਜ ਵੱਡੀ ਲੀਡ 'ਚ ਜਿੱਤ ਪ੍ਰਾਪਤ ਕਰਾਉਣਗੇ। ਚੋਣ ਪ੍ਰਚਾਰ 'ਚ